ਇਹ ਸਭ ਪਹਿਲਾ ਮਨੀਸ਼ਾ ਗੁਲਾਟੀ ਦੀ ਗੱਲ ਕਰ ਲਈਏ ਪੰਜਾਬ ਸਰਕਾਰ ਨੇ ਕੁਰਸੀ ਖੋਲੀ ਤੇ ਮਨੀਸ਼ਾ ਹੋਰੀ ਹਾਈ ਕੋਰਟ ਜਾ ਵੜੇ ਕਿ ਬੀਬੀ ਜੀ ਕੁਰਸੀ ਤੇ ਬਰਾਜਮਾਨ ਰਹਿਣਗੇ ਕੀ ਪੂਰੀ ਕਹਾਣੀ ਬਣੀ ਹੈ ਬਿਲਕੁਲ ਬਰਾਜਮਾਨ ਰਹਿਣਗੇ ਹਮ ਘੱਟੋ ਘੱਟ ਮਾਰਚ 2024 ਤੱਕ ਭਾਵ 1 ਸਾਲ ਹੋਰ ਅੱਛਾ ਤੇ ਇਸ ਸਮੇਂ ਦੌਰਾਨ ਫੁੱਲ ਝੜੀਆਂ ਚੱਲਣ ਗਿਆ ਚੰਗੀਆਂ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਹੋਣੀ ਚਾਹੀਦੀ ਮਲੀਸ਼ਾ ਗੁਲਾਟੀ ਦੀ ਨਿਯੁਕਤੀ ਕੈਪਟਨ ਅਮਰਿੰਦਰ ਸਿੰਘ ਹਰਾਨੇ ਕੀਤੀ ਸੀ ਕੈਪਟਨ ਅਮਰਿੰਦਰ ਸਿੰਘ ਨਿਯੁਕਤੀ ਕਰਕੇ ਮੁੱਖ ਮੰਤਰੀ ਵਜੋਂ ਤੇ ਫਿਰ ਜਿਹੜਾ ਉਹ ਤੁਹਾਨੂੰ ਪਤਾ ਕਿ ਇਲੈਕਸ਼ਨਾਂ ਦੇ ਵਿੱਚ ਹਾਰ ਕੇ ਤੇ ਭਾਜਪਾ ਵਿੱਚ ਸ਼ਾਮਲ ਹੋ ਗਿਆ ਤੇ ਮਨੀਸ਼ਾ ਕੁਲਰਟੀ ਤਾਂ ਪਹਿਲਾਂ ਹੀ ਭਾਜਪਾ ਵਿੱਚ ਸ਼ਾਮਲ ਨੇ ਮਨੀਸ਼ਾ ਕੁਲਰਟੀ ਨੇ ਬਹੁਤ ਸਾਰੇ ਮੁੱਦਿਆਂ ਤੇ ਆਪਣਾ ਇੱਕ ਨਾਮ ਜਿਹੜਾ ਬਣਾਇਆ ਬਹੁਤ ਸਾਰੇ ਗੱਲਾਂ ਤੇ ਉਹਨਾਂ ਦੇ ਚੁੱਪ ਰਹਿਣ ਦੇ ਦੋਸ਼ ਵੀ ਲੱਗੇ ਕਿ ਉਹਨਾਂ ਨੇ ਕੁਝ ਮੁੱਦਿਆਂ ਤੇ ਆਵਾਜ਼ ਨਹੀਂ ਉਠਾਈ ਜਨ ਵਿੱਚ ਸਿਰਸਾ ਸਾਦ ਨੂੰ ਪਰੋਲ ਜਿਹੜੀ ਆ ਦੇਣ ਦੇ ਮੁੱਦੇ ਤੇ ਚੁੱਪ ਰਹੇ ਤੇ ਸਰਕਾਰਾਂ ਦਾ ਮਸਲਾ ਦੱਸ ਕੇ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਜਦ ਕਿ ਉਹਨਾਂ ਨੂੰ ਪਤਾ ਸੀ ਕਿ ਔਰਤਾਂ ਦੇ ਖਿਲਾਫ ਜਿਹੜੇ ਜੁਰਮ ਹੋਨੇ ਕੀਤੇ ਨੇ ਉਹਨਾਂ ਦਾ ਦੋਸ਼ ਹੀ ਹੈ ਅਦਾਲਤ ਨੇ ਪਾਇਆ ਹੋਇਆ ਦੋਸ਼ੀ ਬੋਲਣਾ ਚਾਹੀਦਾ ਸੀ ਹੁਣ ਪੰਜਾਬ ਸਰਕਾਰ ਮਨੀਸ਼ਾ ਗੁਲਾਟੀ ਨੂੰ ਨਹੀਂ ਪਸੰਦ ਕਰਦੇ ਸੀ ਇਸ ਗੱਲ ਵਿੱਚ ਵੀ ਕੋਈ ਸ਼ੱਕ ਨਹੀਂ ਕਿਉਂਕਿ ਭਾਰਤੀ ਜਨਤਾ ਪਾਰਟੀ ਦਾ ਚਿਹਰਾ ਮੋਰਾ ਸੀ ਇਹਨਾਂ ਨੇ ਆਰਡਰ ਜਾਰੀ ਕਰ ਦਿੱਤਾ ਕਿ ਸਤੰਬਰ 2021 ਦੇ ਵਿੱਚ ਜੋ ਮਨੀਸ਼ਾ ਗੁਲਾਟੀ ਦੀ ਕਾਰਜਕਾਲ ਦੇ ਵਿੱਚ ਵਾਅਦਾ ਕਰਨ ਦੀ ਚਿੱਠੀ ਹੈ ਉਹਨੂੰ ਅਸੀਂ ਵਾਪਸ ਲੈਣੇ ਆ। ਉਹ ਚਿੱਠੀ ਵਾਪਸ ਲੈਣ ਲਈ ਮਹਿਕਮੇ ਵੱਲੋਂ ਜੋ ਲਿਖਿਆ ਗਿਆ ਉਸ ਵਿੱਚ ਇਹ ਵੀ ਸੀ ਕਿ ਸਾਨੂੰ ਅਸੀਂ ਇਹਨਾਂ ਦੀ ਦੁਬਾਰਾ ਚੋਣ ਕਰਕੇ ਗਲਤੀ ਕੀਤੀ ਹੈ ਤੇ ਇਹ ਨਹੀਂ ਸੀ ਹੋਣੀ ਚਾਹੀਦੀ। ਤੇ ਇਸ ਤਰ੍ਹਾਂ ਕਾਰਜਕਾਲ ਵਿੱਚ ਵਾਅਦਾ ਜਿਹੜਾ ਆ ਉਹ ਇਹ ਚੇਅਰਪਰਸਨ ਦੀ ਕੋਈ ਨਿਜਮਾ ਦੇ ਮੁਤਾਬਕ ਠੋਕਮਾ ਨਹੀਂ ਹੈ ਸਹੀ ਨਹੀਂ ਹੈ ਇਸ ਮੁੱਦੇ ਤੇ ਮਨੀਸ਼ਾ ਗੁਲਾਟੀ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਜਨਵਰੀ 31 ਨੂੰ ਇੱਕ ਪਟੀਸ਼ਨ ਪਾ ਦਿੱਤੀ ਤੇ ਮਾਰਚ 2024 ਤੱਕ ਜਿਹੜਾ ਉਹਨਾਂ ਦਾ ਟਿਨਿਓਰ ਆ ਉਸ ਨੂੰ ਦੁਬਾਰਾ ਬਹਾਲ ਕਰਨ ਦੀ ਗੱਲ ਕੀਤੀ ਗਈ ਤੇ ਨਾਲੇ ਇਹ ਕਿਹਾ ਗਿਆ ਕਿ ਪੰਜਾਬ ਸਰਕਾਰ ਦਾ ਹੁਕਮ ਜਿਹੜਾ ਉਹ ਠੀਕ ਨਹੀਂ ਹੈ ਚੇਤਨ ਮਿੱਤਲ ਉਹਨਾਂ ਦੇ ਵਕੀਲ ਨੇ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ 2018 ਦੇ ਵਿੱਚ ਜਿਹੜੀ ਮਨੀਸ਼ਾ ਕੁਆਲਿਟੀ ਦੀ ਨਿਯੁਕਤੀ ਹੋਈ ਸੀ ਉਹ ਹੁਣ 2024 ਤੱਕ ਰਹੇਗੀ ਕਿਉਂਕਿ ਅਦਾਲਤ ਦੇ ਵਿੱਚ ਪੰਜਾਬ ਸਰਕਾਰ ਨੇ ਇਹ ਕਹਿ ਦਿੱਤਾ ਕਿ ਅਸੀਂ ਉਹਨਾਂ ਦੀ ਇਸ ਕਾਰਜਕਾਲ ਵਿੱਚ ਵਾਧੇ ਨੂੰ ਰੋਕਣ ਦੇ ਦਿੱਤੇ ਗਏ ਹੁਕਮਾਂ ਨੂੰ ਵਾਪਸ ਲੈ ਲਿਆ। ਹੁਣ ਉਹ ਵਾਪਸ ਲੈ ਲਿਆ ਹੁਕਮ ਪੰਜਾਬ ਸਰਕਾਰ ਨੇ ਤੇ ਇਹ ਕੀ ਪੰਜਾਬ ਸਰਕਾਰ ਦੀ ਕਿਸਮ ਦੀ ਹਾਰ ਹੈ? ਮੈਂ ਇਸ ਨੂੰ ਮੰਨਦਾ ਕਿ ਹਾਰ ਹੈ। ਤਕਨੀਕੀ ਤੌਰ ਤੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੇ ਜਾਂ ਸੋਲਿਸਟਰ ਨੇ ਜਾਂ ਜਿਸ ਨੇ ਵੀ ਇਹ ਗੱਲ ਕੀਤੀ ਹੈ ਜਾਂ ਜਿਹੜਾ ਵੀ ਉਸ ਡਿਪਾਰਟਮੈਂਟ ਵਿੱਚ ਸੀ ਜਾਂ ਜਿਹੜੇ ਵੀ ਮੰਤਰੀ ਸਹਿਬਾਨ ਸੀ ਉਹਨਾਂ ਨੇ ਕਾਲੀ ਕੀਤੀ ਹੈ ਫੈਸਲਾ ਲੈਣ ਦੇ ਵਿੱਚ ਤੇ ਹੋਮਵਰਕ ਆਪਣਾ ਨਹੀਂ ਕੀਤਾ ਉਹ ਨਾ ਹੋਮਵਰਕ ਕਰਨ ਦਾ ਨਤੀਜਾ ਇਹ ਆ ਕਿ ਤੁਸੀਂ ਬਿਨਾ ਕਿਸੇ ਪੁੱਛ ਪੜਤਾਲ ਕੀਤੇ ਹੋਏ ਤੁਸੀਂ ਆਪਣਾ ਕੰਮ ਕਰ ਦਿੰਦੇ ਹੋ ਤੇ ਫਿਰ ਅਦਾਲਤ ਵਿੱਚ ਤੁਸੀਂ ਇੱਕ ਵਾਰੀ ਜਾਂਦੇ ਵੀ ਨਹੀਂ ਪੇਸ਼ ਵੀ ਨਹੀਂ ਹੁੰਦੇ ਤੇ ਅਗਲੇ ਨੇ ਪਟੀਸ਼ਨ ਪਾਈ ਹੈ ਜਦ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਸੀ ਕਿ ਜਿਸ ਤਰ੍ਹਾਂ ਦੀ ਸਟਰੌਂਗ ਲੇਡੀ ਮਨੀਸ਼ਾ ਗੁਲਾਟੀ ਉਹਨਾਂ ਨੇ ਪਟੀਸ਼ਨ ਪਾ ਦੇਣੀ ਹੈ ਤੇ ਬੈਕਅਪ ਵੀ ਉਹਨਾਂ ਕੋਲ ਹੈਗੀ ਹੈ ਤੇ ਉਹ ਫਿਰ ਤੁਹਾਨੂੰ ਤਿਆਰ ਰਹਿਣਾ ਚਾਹੀਦਾ ਸੀ ਕਿਸੇ ਨਾ ਕਿਸੇ ਤਰੀਕੇ ਜੇ ਤੁਸੀਂ ਇੰਨਾ ਵੱਡਾ ਫੈਸਲਾ ਲੈਣਾ ਸੀ ਇਸ ਮਾਮਲੇ ਤੇ ਸਰਕਾਰ ਛਿੱਥੀ ਪਈ ਹੈ ਕੱਚੀ ਪਈ ਹੈ ਤੇ ਸਰਕਾਰ ਨੂੰ ਪੈਰ ਪਿਛਾਂ ਖਿੱਚਣੇ ਪਏ ਨੇ ਹੁਣ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਕੋਈ ਹੋਰ ਪੈਤੜਾ ਚਲੇਗੀ ਜਾਂ 2024 ਤੱਕ ਸਬਰ ਦਾ ਘੁੱਟ ਭਰੇਗੀ ਤੇ 2 ਸਾਲ ਭਗਵੰਤ ਮਾਨ ਸਰਕਾਰ ਦੇ ਜਿਹੜੇ ਨੇ 1 ਸਾਲ ਨਿਕਲ ਗਿਆ ਤੇ 1 ਸਾਲ ਹੋਰ ਜਿਹੜਾ ਉਹ ਇਸੇ ਤਰ੍ਹਾਂ ਨਿਕਲ ਜਾਵੇਗਾ ਜੀ ਸੋ ਮਨੀਸ਼ਾ ਕੁਲਾਟੀ ਨੇ ਜਿਹੜਾ ਕਿ ਇੱਕ ਤਰ੍ਹਾਂ ਦੀ ਜਿੱਤ ਪ੍ਰਾਪਤ ਕੀਤੀ ਹੈ ਉਸਤੇ ਬੋਲੇ ਨੇ ਤੇ ਉਹ ਕੇਂਦਰ ਕਿ ਸਤਿਆ ਮੇਵ ਚਾਹਤੇ ਪੇ ਜਿਹੜਾ ਸਚਾਈ ਹੈ ਉਹਦੀ ਜਿੱਤ ਹੁੰਦੀ ਹੈ ਤੇ ਉਹਨਾਂ ਨੇ ਰਿਪੀਟ ਕਰਕੇ ਇਸ ਡਵੈਲਪਮੈਂਟ ਦੀ ਜਾਣਕਾਰੀ ਦਿੱਤੀ ਹੈ ਤੇ ਸੋਸ਼ਲ ਸਿਕਿਉਰਿਟੀ ਐਂਡ ਔਮਨ ਤੇ ਚਾਈਲਡ ਡਵੈਲਪਮੈਂਟ ਡਿਪਾਰਟਮੈਂਟ ਜਿਨ੍ਹਾਂ ਨੇ ਚਿੱਠੀ ਵਾਪਸ ਲਈ ਸੀ ਉਹਨਾਂ ਨੇ ਗੁਲਾਟੀ ਦੀ ਕਾਰਜਕਾਲ ਵਧਾਉਣ ਨੂੰ ਬੋਨੋਫਾਈਡ ਮਿਸਟੇਕ ਦੱਸਿਆ ਸੀ ਉਹ ਮਿਸਟੇਕ ਹੁਣ ਮੈਨੂੰ ਲੱਗਦਾ ਕਿ ਆਪਣੀ ਮਿਸਟੇਕ ਬਣ ਗਈ ਹੈ ਜਿਹੜੀ ਪਹਿਲਾਂ ਕਿਸੇ ਦੀ ਦੱਸੀ ਜਾ ਰਹੀ ਸੀ ਉਹ ਹੁਣ ਆਪਣੀ ਹੈ ਕਿ ਅਸੀਂ ਚਿੱਠੀ ਜਾਰੀ ਕਰਕੇ ਗਲਤੀ ਕਰ ਲਈ ਹੈ ਮੈਂ ਸਮਝਦਾ ਹੋਰ ਵੀ ਕਈ ਮੁੱਦੇ ਹੈਗੇ ਆ ਜਿੱਥੇ ਪੰਜਾਬ ਸਰਕਾਰ ਨੂੰ ਕਈ ਗੱਲਾਂ ਤੇ ਪੈਰ ਪਾਸ਼ਾ ਖਿੱਚਣੇ ਪੈ ਰਹੇ ਨੇ ਚਾਹੇ ਉਹ ਗਵਰਨਰ ਦੇ ਨਾਲ ਕਸ਼ਮਕਸ਼ ਹੋਵੇ ਚਾਹੇ ਕੋਲਟੀ ਬਰਾੜ ਦੀ ਗ੍ਰਿਫਤਾਰੀ ਦਾ ਮਾਮਲਾ ਹੋਵੇ ਸਰਕਾਰ ਨੂੰ ਬਾਅਦ ਵਿੱਚ ਚੁੱਪ ਰਹਿਣਾ ਪੈਂਦਾ ਹੈ ਪਹਿਲਾਂ ਹੋਮਵਰਕ ਕਰ ਲਿਆ ਕਰਨ ਤੇ ਫਿਰ ਲੋਕਾਂ ਤੱਕ ਜਾਣਕਾਰੀ ਪਹੁੰਚਾਇਆ ਕਰਨ ਉਹ ਜ਼ਿਆਦਾ ਬਿਹਤਰ ਹੋਵੇਗਾ